ਬੱਟ ਬਣੋ ਮਰਾਸੀ ਨਾ ਬਣੋ ਦੋ ਘੰਟਿਆਂ ਦੇ ਬਾਅਦ ਹੁਣ ਚਾਹ ਲੈ ਕੇ ਆਇਆ ਝਾੜੋ ਝਾੜੋ ਤੁਸੀਂ ਝਾੜੋ ਤੁਸੀਂ ਸਿਰਫ ਮੇਰੇ ਤੇ ਰੋਬ ਝੜ ਜੋ ਕਰਾ ਗਏ ਉਹ ਬੱਟ ਸਾਹਿਬ ਕੁਝ ਖੁਦਾ ਦਾ ਖੌਫ ਖਾਓ ਉਹ ਦੁਨੀਆ ਚੰਦ ਤੇ ਪਹੁੰਚ ਗਈ ਏ ਤੁਸੀਂ ਇੱਥੇ ਬੈਠੇ ਚਾਹ ਪੀਂਦੇ ਪਏ ਹੋ ਇੰਨਾ ਤੇਜ਼ ਮਿੱਠਾ ਪਾਤ ਮੇਰੇ ਆਖਣ ਦਾ ਮਤਲਬ ਇਹ ਗੁਰੂ ਬਾਟ ਕੋ ਜਾਣ ਦੇ ਸੁਣਿਆ ਪੂਰੀ ਦੁਨੀਆ ਚ ਗੁੱਲ ਬੱਟ ਦਾ ਨਾਂ ਹਰ ਪਾਸੇ ਗੁੱਲ ਬੱਟ ਟੀਵੀ ਦੇਖੀ ਨੂੰ ਅਖਬਾਰ ਦੇਖੀ ਨੂੰ ਨਿੱਕੇ ਨਿੱਕੇ ਬਾਲ ਦੇ ਮੂੰਹ ਚ ਗੁੱਲ ਬੱਟ ਦਾ ਨਾਂ ਹੈ ਪਹਿਲੇ ਬਾਲ ਜੰਮਦਾ ਹੀ ਨਾ ਸਭ ਤੋਂ ਪਹਿਲੇ ਆਦਾ ਹੀ ਅੰਮਾ ਅੰਮਾ ਹੁਣ ਬਾਲ ਜੰਮਦਾ ਸਭ ਤੋਂ ਪਹਿਲੇ ਆਦਾ ਗੁੱਲੂ ਬੱਟ ਇਹਦਾ ਹਿੱਟ ਠੀਕ ਹੈ ਗੁੱਲੂ ਬੱਟ ਇੱਕ ਉਹ ਬੱਟ ਹੈ ਤੇ ਇੱਕ ਇਹ ਬੱਟ ਹੈ ਤੁਸਾਂ ਗੁੱਲੂ ਬੱਟ ਨਹੀਂ ਬਣ ਸਕਦੇ ਉਹ ਕਿਉਂ ਜਿਹੜਾ ਬੰਦਾ ਡੀ ਰਾਤ ਰਨ ਕੋਲ ਖੱਲੇ ਖਾਵੇ ਨਾ ਉਹ ਗੁੱਲੂ ਬੱਟ ਨਹੀਂ ਬਣ ਸਕਦਾ ਗੁੱਲੂ ਬੱਟ ਬਣਨਾ ਸੀ ਸ਼ੇਰ ਜਿਤਨਾ ਜਿਗਰਾ ਚਾਹੀਦਾ ਦਿਲ ਚਾਹੀਦਾ ਹੈ ਗੁਰਦਾ ਚਾਹੀਦਾ ਹੈ ਇਹੋ ਜਿਹੀਆਂ ਅੱਖੀਆਂ ਚਾਹੀਦੀਆਂ ਗੁੱਲੂ ਬੱਟ ਜਿਹਦੇ ਦੇਖੇ ਸਭ ਦੀਆਂ ਅੱਖਾਂ ਤਰਲੇ ਥੀ ਵਨਨ ਬਸ ਬਸ ਤੂੰ ਮੇਰੀਆਂ ਹੁਣ ਅੱਖਾਂ ਖੋਲ ਦਿੱਤੀਆਂ ਨੇ ਸ਼ੁਕਰ ਕਰੋ ਮੈਂ ਤੁਹਾਡੀ ਹਲੀ ਖੂਨ ਨਹੀਂ ਖੋਲੀ ਮੈਂ ਤੁਹਾਡੇ ਕੋਲ ਜ਼ਿਆਦਾ ਕੋਈ ਖੂਬਸੂਰਤ ਹੋ ਸੀ ਤਾਂ ਨਜ਼ਰ ਆ ਸੀ ਨਾ ਸਭ ਕੋਲ ਜ਼ਿਆਦਾ ਖੂਬਸੂਰਤ ਨਹੀਂ ਹੈ ਸੱਚੀ ਸੱਚੀ ਮੁੱਚੀ ਬੀਬੀ ਜੀ ਬੀਬੀ ਜੀ ਇੱਕ ਗਲਤੀ ਤੁਸੀਂ ਕੀਤੀ ਉਹ ਕਿਹੜੀ ਪੱਟ ਸਾਹਿਬ ਨਾਲ ਸ਼ਾਦੀ ਕਰਕੇ ਜਿਹੜੇ ਲੈ ਨਾਲ ਸਾਰੇ ਟੁਰਦੇ ਵਧੇ ਹੁੰਦੇ ਈ ਲੱਗਦੇ ਹੂਰ ਦੇ ਨਾਲ ਲੰਗੂਰ ਵਧੇ ਹਾਂ ਵੈਸੇ ਤੁਹਾਡੀ ਸ਼ਾਦੀ ਥੀ ਹੋਣੀ ਚਾਹੀਦੀ ਕਈ ਮਿਨਿਸਟਰ ਦੇ ਨਾਲ ਹਾਏ ਹਾਏ ਤੇ ਬੱਟ ਜਿਹੜਾ ਹੈ ਇਹ ਹੋ ਗਿਆ ਤੁਹਾਡਾ ਚੱਪੜਾ ਸੀ ਜਿਹੜਾ ਅੱਜ ਕੱਲ੍ਹ ਸਾਡਾ ਖਾਮਦ ਬੜਾ ਵਧੇ ਬੀਬੀ ਜੀ ਤਾਂ ਪਤਾ ਨਾ ਹੋ ਸਕਿਆ ਸੀ ਨਾਸਿਰ ਸਾਹਿਬ ਦੀ ਸਾਲਗਿਰਾ ਤੇ ਉਹ ਚੂਹੇ ਦੇ ਮੂੰਹ ਵਾਲੀ ਜਿਹਦੇ ਦੰਦ ਹੀ ਬਾਹਰੋਂ ਨਿਕਲੇ ਹੋਏ ਆ ਵੱਡੇ ਵੱਡੇ ਝੁਮਕੇ ਵੱਡਾ ਸਾਰਾ ਸੈੱਟ ਪਾਤੀ ਖੜੀ ਗਏ ਹਾਂ ਅਸੀਂ ਆਪਸ ਦੀ ਗੱਲ ਹੈ ਬੀਬੀ ਜੀ ਅਗਰ ਉਹ ਆ ਸੈੱਟ ਤੁਸੀਂ ਪਾਓ ਜਿਵੇਂ ਤੁਹਾਡਾ ਵੱਡਾ ਮੂੰਹ ਹੈ ਕਿਆ ਮੇਰਾ ਮਤਲਬ ਹੈ ਜਿਵੇਂ ਤੁਸੀਂ ਖੂਬਸੂਰਤ ਹੈ ਸੈੱਟ ਤੁਹਾਡੇ ਤੇ ਕਮਾਲ ਲੱਗਦੀ ਇਹ ਪੱਟ ਸਾਹਿਬ ਕੋ ਆਖੋ ਤਾਂ ਕੋ ਉਹ ਸੈੱਟ ਤਾਂ ਗਿਰਾ ਦੇ ਹੋਣ ਉਹ ਮੇਰੇ ਕੋ ਸੈੱਟ ਗਿਨਾ ਦੇ ਮੈਂ ਸੋਨੇ ਦੀ ਅੰਗੂਠੀ ਨਹੀਂ ਗਿਨਾ ਕੇ ਦੇ ਸਕਦੇ ਤੇ ਤੂੰ ਸੈੱਟ ਦੀ ਗੱਲ ਪਈ ਕਰੇਨੀ ਹੈ ਬੀਬੀ ਜੀ ਜਿਹੜੇ ਲੋਕ ਪਿਆਰ ਕਰੇਂਦੇ ਨੇ ਉਹ ਤਾਂ ਤਾਜ ਮਹਿਲ ਬਣਾ ਦਿੰਦੇ ਨੇ ਤੁਸੀਂ ਸੈੱਟਾਂ ਦੇ ਵੀ ਨਹੀਂ ਗਿਨਾ ਦੇਂਦਾ ਤੁਸੀਂ ਕੋ ਆਖੋ ਤਾਂ ਸਹੀ ਵਟਸਐਪ ਸੈੱਟ ਤਾਂ ਕੋ ਗਿਨਾ ਦੇ ਸਰ ਪਰ ਤੁਹਾਕੂ ਉਹਨਾਂ ਕੋ ਮਜਬੂਰ ਕਰਨਾ ਹੋ ਸੀ ਆਗੇ ਪੜ੍ਹ ਪ੍ਰੀਵਿਊ ਦੇਖੋ ਮੇਰੀ ਜੁੱਤੀ ਨਹੀਂ ਲੱਭ ਰਹੀ ਜ਼ਰਾ ਜੁੱਤੀ ਤਾਂ ਚੁੱਕ ਦਿਓ ਤਾਂ ਕੋ ਪਤਾ ਹੈ ਨਾ ਮੈਂ ਜੱਡਣੀ ਚਾਹਤੀ ਹੈ ਇੱਕੋ ਜੁੱਤੀ ਚਾਹਤੀ ਹੈ ਆਧੇ ਵੇ ਤਾਂ ਚਾਵਾਂ ਉਹ ਨਹੀਂ ਨਹੀਂ ਰਹਿਣ ਦੇ ਮੈਂ ਆਪ ਲੱਭ ਲੈਣਾ ਅੱਛਾ ਵਟਸਐਪ ਮੈਨੂੰ 2 ਲੱਖ ਰੁਪਿਆ ਚਾਹੀਦੇ 2 ਲੱਖ ਰੁਪਿਆ ਹਾਂ 2 ਲੱਖ ਹਾਂ
ਇੰਨੀ ਛੇਤੀ ਇੰਤਜ਼ਾਮ ਨਹੀਂ ਹੋ ਸਕਦਾ। ਦੂ ਲੱਖ ਦਾ ਇੰਤਜ਼ਾਮ ਨਹੀਂ ਥੀ ਸਕਦਾ ਤਾਂ ਸ਼ਾਦੀ ਕਿਉਂ ਕੀਤੀ ਆਵੇ? ਸ਼ਾਦੀ ਤਾਂ ਉਹ ਬੰਦਾ ਕਰੇ ਜਿਹੜਾ ਅਫੋਰਡ ਕਰ ਸਕੇ। ਓਏ ਬਸ ਕਰ, ਖੁਦਾ ਦਾ ਨਾਮ ਮੰਨ, ਇਹ ਮੇਰੇ ਜੁੜੇ ਹੱਥਾਂ ਵੱਲ ਵੇਖ। ਮੈਂ ਤੇ ਤੇਰੇ ਨਾਲ ਸ਼ਾਦੀ ਪਹਿਲੇ ਕਰਕੇ ਸਦਾ ਕੱਟ ਚੁੱਕਿਆ ਵਾਂ। ਬਹਰਹਾਲ ਜਦੋਂ ਮੇਰੇ ਕੋਲ ਪੈਸੇ ਆ ਜਾਣਗੇ ਤੇ ਤੈਨੂੰ ਮਿਲ ਜਾਣਗੇ, ਪਤਾ ਨਹੀਂ ਮੇਰੀ ਜੁੱਤੀ ਕਿੱਥੇ ਲੈ। ہلو جی، وعلیکم السلام، سارے مہمان آ گئے؟ کیا کہنی ہے؟ میری گال سن گی نو، سارے مہمان آ گئے ہیں تو بل سا کو فون کرے، بل ساسو پارٹی ہے، اصل کوئی عام کام لوگ کہنی کہ سارے کو پہلے آ گئے ہیں، بھئی اصل وی آئی پی مہمان ہے پہ، گال سنو، پھول پتیاں تے گلدستیاں دا بندوبست ہونا چاہیے، بھئی سارا اچھی طریقے نال استقبال ہوئے، ٹھیک ہے؟ بکواس بند کر یار، اتنا اچھا ہوندا تے کوئی میم نال گھن آندا
यार मेरी सोच है थोड़ी जी मुख्तलिफ नासिर, मैं अपने कल्चर नाल अपने मुल्क नाल बहु प्यार करेंगा और मैं शादी भी इतना ही करे सा। एक गाल तू इन वास्ते आदा पिए क्योंकि तू पाकिस्तान लगता है कोई लड़की पसंद की थी खड़ा है। खाली लड़की कोई पसंद नहीं की थी ना अली बारे सोचे बल करना सोचे से जल तेरे सारे बात चिटे दिए से इजाम साहब जी गड्डी साफ कर रहे हैं बिल्कुल लिशका है जे तू सा गड्डी देख सो तो आपको अपनी शक्ल नजर आ जबरदस्त बिल्लू बहुत आना जबरदस्त यार मैं नौकर अच्छा केड़ी गाल थी दी थी शादी के बारे जी जी अपन ये किने बात चिटे थी गए ए तुम्हारे साहब जी काफी लेट थी खड़े साहब जी शादी दे विच वाल चिट्टे होवन भावें काले होवन कोई फर्क नहीं पड़ता पैसे होवन चाहिए पैसे जिन को पैसा है उनके चिट्टे वाल ही काले ते जिन को पैसे कहने उनके काले वाल ही चिट्टे अच्छा जी ये देखो मेरे पास सारे चिट्टे ये तो काले ये तो काले चिट्टे गरीब आदमी ना मैं एक लड़की ना प्यार करना मैं आखा कि मैं तेरे ना बहुत प्यार करना I love you. तेरे बगैर मैं जी नहीं सकता मेरे बारे कुछ सोच अगो ओ आधी तू मेरे बारे कुछ सोच अच्छा मैं को 20,000 की शॉपिंग करवा मैं खतल तमा खराब ठीक है तू सो आप लो सो 7,000 मेरी तनख्वाह है वो एक डल्ला बदी ते कडा नहीं लगे 7,000 की किवे शॉपिंग करा यार तेरे जे बंदे ना इवें ही थी होना चाहिए साहब जी खुदा दा खौफ खाओ बस दुआ ते ना देओ यार मजाक करना पाकिस्तान वर्गा मुल्क पूरी दुनिया जो पाकिस्तान पिछे ही ना लग सके ਇਵੇਂ ਦੇਖੋ ਨਾ ਸਵੇਰੇ ਸਵੇਰੇ ਤੁਸੀਂ ਨਿਕਲੋ ਹਰੇ ਹਰੇ ਖੇਤ ਹੁੰਦੇ ਤੇ ਇਹ ਪਹਾੜ ਖੂਬਸੂਰਤ ਹੁੰਦੇ ਤੇ ਇਹ ਪਹਾੜਾਂ ਤੋਂ ਬਰਫ਼ ਪਈ ਹੁੰਦੀ ਹੈ ਬਿਲਕੁਲ ਬਿਲਕੁਲ ਇਹਦੇ ਖੂਬਸੂਰਤ ਪਹਾੜ ਹੁੰਦੇ ਨੇ ਦੇਖੋ ਇੱਥੇ ਸਬਜ਼ੀਆਂ ਤਾਜ਼ੀਆਂ ਫਲ ਤਾਜ਼ੇ ਹਰ ਸ਼ੈ ਫਰੈਸ਼ ਮਿਲਦੀ ਹੈ ਬੈਠ ਦੇ ਮੁਲਕ ਫਰਿੱਜਾਂ 'ਚ ਰੱਖੀ ਹੁੰਦੀ ਹੈ ਬਿਲਕੁਲ ਫਰੈਸ਼ ਸਹੀ ਆ ਰਿਹਾ ਪਿਆ ਬੰਦੇ ਤਾਂ ਪਾਕਿਸਤਾਨ ਹੈ ਸਰ ਇਹ ਸਾਡੇ ਜਿਹੜੇ ਇਹ ਮੁਲਕ ਦਾ ਫਲ ਹੈ ਇਹ ਜਨਾਬ ਮੋਹਤਰਮ ਅੰਬ ਸਾਹਿਬ ਕੀ ਬਾਤ ਹੈ ਹਰ ਸਭ ਕੁ ਤੇ ਫਖਰ ਹੋਣਾ ਚਾਹੀਦਾ ਹੈ ਕਿ ਸਾਡੇ ਮੁਲਤਾਨ ਦਾ ਅੰਬ ਪੂਰੀ ਦੁਨੀਆ ਚ ਮਸ਼ਹੂਰ ਹੈ ਬਿਲਕੁਲ ਸਹੀ ਅਗਰ ਇਹ ਅੰਬ ਵੀ ਨਾ ਹੋਵੇ ਤੇ ਦੁਨੀਆ ਕੀ ਕਰ ਰਹੀ ਹੈ ਬਿਲਕੁਲ ਸਹੀ ਆ ਰਿਹਾ ਬਿਲਕੁਲ ਸਹੀ ਹੈ ਬਿਲਕੁਲ ਇੱਕ ਕੰਪਾਊਂਡਰ ਦੇ ਹਿਸਾਬ ਨਾਲ ਮਿਲਦੇ ਔਰ ਬੜੀ ਮੁਸ਼ਕਿਲ ਨਾਲ ਤੇ ਪਾਕਿਸਤਾਨ ਗਰੀਬ ਆਦਮੀ ਅੰਬ ਖੁਦ ਤੇ ਖਾਂਦਾ 4-4 ਕਿਲੋ ਵਾਲਾ ਪਾਲੀਆ ਥੱਲੇ ਤੇ ਕਲਾਮ ਖਾਦੀ ਤੇ ਬਿਲਕੁਲ ਸਹੀ ਆ ਰਿਹਾ ਪਾਕਿਸਤਾਨ ਵਰਗਾ ਮੁਲਕ ਪੂਰੀ ਦੁਨੀਆ ਚ ਮੁਲਕ ਹੈ ਨਹੀਂ ਮੈਂ ਪਾਕਿਸਤਾਨ ਨਾਲ ਬਹੁਤ ਪਿਆਰ ਕਰਨਾ ਆਈ ਲਵ ਪਾਕਿਸਤਾਨ ਆਈ ਲਵ ਪਾਕਿਸਤਾਨ ਜ਼ਬਰਦਸਤ ਬਹੁਤ ਸਾਹਿਬ ਜੀ ਇੱਕ ਛੋਟੀ ਜੀ ਅਰਜ਼ ਹੈ ਅਗਰ ਤੁਸੀਂ ਆਖੋ ਤੇ ਮੈਂ ਕਰਾਂ ਯਾਰ ਬਬਲੂ ਤੂੰ ਇਤਨੀ ਸਾਡੀ ਖਿਦਮਤ ਕਰੇ ਨੇ ਛੋਟੀ ਅਰਜ਼ ਹੋਵੇ ਜਾਂ ਵੱਡੀ ਅਰਜ਼ ਹੋਵੇ ਜ਼ਰੂਰ ਪੂਰੀ ਥੀ ਸੀ ਹੁਕਮ ਸਾਹਿਬ ਜੀ ਮੇਰੇ ਕੋ ਕਈ ਮੁਲਕ ਦਾ ਵੀਜ਼ਾ ਲਵਾ ਦੇ ਤੁਹਾਡੀ ਮਿਹਰਬਾਨੀ ਮੈਂ ਇੱਥਾਂ ਨਹੀਂ ਰਹਿਣਾ ਚਾਹੁੰਦਾ ਪਾਸਪੋਰਟ ਮੇਰਾ ਪਿਆਰ ਕੀਆ ਪਿਆ ਕੱਟਣ ਦਾ ਬਸ ਕਈ ਮੁਲਕ ਦਾ ਵੀਜ਼ਾ ਲਵਾ ਤੋ ਮੈਂ ਕੋ ਕਿੱਥੇ ਤੋਂ ਫੇਰ ਵਜੂ ਯਾਰ ਬਬਲੂ ਹੁਣ ਤੂੰ ਆਪਣੇ ਮੋਦਰੀ ਸ਼ਰੀਫ ਕਰੇਂਦਾ ਨਾ ਵੀ ਠਕਦਾ ਗਿਆ ਤੇ ਜਾਨ ਕੁਰਬਾਨ ਕਰਨ ਵਾਸਤੇ ਤਿਆਰ ਆ ਹੁਣ ਨਹੀਂ ਜਾਨ ਖਾਦੇ ਕਿਨੂੰ ਹੁਣੇ ਕਿਨੂੰ ਮੈਂ ਜਾਮ ਦੇ ਮੁਲਕ ਤਿਆਰ ਜਾਨ ਭਾਵੇਂ ਖੇਨ ਕਿਨੂੰ ਤੇ ਕੱਲਾ ਇੱਥਾ ਰਹਿ ਨਹੀਂ ਸਕਦਾ ਸਭ ਦੀ ਗਰੀਬ ਆਦਮੀ ਤੇ ਇੱਥਾ ਰਹਿਣਾ ਬਹੁਤ ਮੁਸ਼ਕਲ ਸੀ ਆ ਗਿਆ ਉਹ ਗਰੀਬ ਆਦਮੀ ਤੇ ਗਰੀਬ ਆਦਮੀ ਸਵੇਰ ਦੀ ਗੱਲ ਹੈ ਮੈਂ ਕਬਰਸਤਾਨ ਦੇ ਅੱਗੋਂ ਰੰਗਾ ਸਾਰੇ ਮੁਰਦਿਆਂ ਨੇ ਕਬਰਸਤਾਨ ਦੇ ਬਾਹਰ ਧਰਨਾ ਦਿੱਤੀ ਬੈ ਅੱਛਾ ਮੈਂ ਕਿਹਾ ਤੁਹਾਨੂੰ ਕੀ ਚਾਹੀਆ ਅਦਰ ਸਾਡੀ ਕਬਰ 'ਚ ਇੱਕ ਬਲਬ ਨਹੀਂ ਲੱਗਾ ਤੇ ਹਰ ਮਹੀਨੇ ਬਿਜਲੀ ਵਾਲੇ 5,000 ਦੇ ਬਿੱਲ ਸੱਟ ਵੱਜੀ ਤੁਸੀਂ ਦੱਸੋ ਮੁਰਦਿਆਂ ਦੇ ਹਾਲ ਗਰੀਬ ਦਾ ਕਿਆ ਕੀਤੀ ਤੁਹਾਡੀ ਮਿਹਰਬਾਨੀ ਮੈਂ ਕੋਈ ਕਈ ਮੁਲਕ ਸਾਟਾ ਮੈਂ ਕਿੱਥੋਂ ਖੇਡ ਤੁਹਾਡੀ ਮਿਹਰਬਾਨੀ ਤੱਕੋ ਕਿਰਾਏ ਦਾ ਮੇਰਾ ਮਕਾਨ 3,000 ਰੁਪਏ ਕਿਰਾਇਆ ਤੇ 6,000 ਬਿਜਲੀ ਦਾ ਬਿੱਲ ਤੇ ਬਿਜਲੀ ਆ ਗਏ ਤੇ ਯੂਨਿਟ ਮੇਰੇ ਤੇ ਇਵੇਂ ਸਟੇਨਨ ਜਿਵੇਂ ਮੈਂ ਘਰ ਕੱਪੜਾ ਬਣਾਉਣ ਵਾਲੀ ਫੈਕਟਰੀ ਲਾਈ ਬੈਠਾ ਸਾਹਿਬ ਜੀ ਤੁਹਾਡੀ ਮਿਹਰਬਾਨੀ ਮੈਂ ਕੁੱਕੀ ਦੇ ਖੇਡ ਵਜੋਂ ਕਈ ਮੁਲਕ ਤੇ ਖੇਡ ਵਜੋਂ ਇੱਥੋਂ ਖੇਡ ਵਜੋਂ ਬਬਲੂ ਯਾਰ ਅੱਛੇ ਬੁਰੇ ਹਾਲਾਤ ਘਰ ਚ ਆ ਵੈਂਦੇ ਨੇ ਇਹਦਾ ਇਹ ਮਤਲਬ ਨਹੀਂ ਬੰਦਾ ਆਪਣਾ ਘਰ ਛੋੜ ਦੇ ਤੂੰ ਟੈਨਸ਼ਨ ਨਾ ਲੈ ਤੇਰਾ ਬਿੱਲ ਮੈਂ ਭਰ ਦੇ ਸੀ ਸਹੀ ਆਦੇ ਸਾਹਿਬ ਜੀ ਤੁਸੀਂ
ਹੁਣ ਤਾਂ ਤੁਸੀਂ ਸਾਡਾ ਬਿੱਲ ਭਰ ਲਿਸੋ। ਲੇਕਿਨ ਅਸਾਂ ਕੱਢਣ ਤੱਕ ਲੋਕਾਂ ਦੀ ਇਮਦਾਦ 'ਤੇ ਜਿਸੂ ਕਢੇ ਅਸਾਂ ਆਪਣੇ ਪੈਰਾਂ 'ਤੇ ਖੜੇ ਸੀ ਸੂ।